ਨਸ਼ਿਆਂ ਦੀ ਭੈੜੀ ਲੱਤ ਨੇ ਅੱਜ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਮਾਮਲਾ ਜੀਰਾ ਬੱਸ ਸਟੈਂਡ ਦਾ ਹੈ, ਜਿੱਥੇ ਅੱਜ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਡਗਰੂ ਦੇ ਰਹਿਣ ਵਾਲੇ ਨੇ ਅਤੇ ਉਸਦਾ ਭਰਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ ਅਤੇ ਅੱਜ ਉਹ ਕੰਮ ਦੀ ਭਾਲ ਦੇ ਵਿੱਚ ਜੀਰਾ ਆਇਆ ਹੋਇਆ, ਜਿੱਥੇ ਕਿ ਉਸਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ASI ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਦੀ ਲਾਸ਼ ਜ਼ੀਰਾ ਬੱਸ ਸਟੈਂਡ ਦੇ ਉੱਤੇ ਪਈ ਹੈ, ਜਿਸ ਦੇ ਉੱਤੇ ਕਾਰਵਾਈ ਕਰਦਿਆਂ ਉਹਨਾਂ ਤੁਰੰਤ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾ ਦਿੱਤਾ। ਜਸਵੀਰ ਸਿੰਘ ਆ ਜੀ, ਪਿੰਡ ਡਗਰੂ, ਜੋ ਕਿ ਮੇਰਾ ਛੋਟੇ ਭਰਾ ਦੀ ਅੱਜ ਸਵੇਰੇ ਡੈਥ ਹੋ ਗਈ ਹੈ। ਉਹ ਸਵੇਰੇ 9 ਵਜੇ ਦੇ ਟਾਈਮ ਦੇ ਨਾਲ ਕੰਮਕਾਰ ਦੀ ਭਾਲ ਵਿੱਚ ਜੀਰੇ ਆਇਆ ਹੋਇਆ ਸੀ, ਜੋ ਕਿ ਸਾਨੂੰ ਇੱਥੇ ਜੋ ਕਿ ਥੋੜ੍ਹਾ ਬਹੁਤਾ ਪਿਛਲੇ 6 ਮਹੀਨਿਆਂ ਤੋਂ ਨਸ਼ਾ ਕਰਦਾ ਸੀ ਅਤੇ ਉਸਦੀ ਅੱਜ ਇੱਥੇ ਜੀਰੇ ਸ਼ਹਿਰ ਵਿੱਚ ਡੈਥ ਹੋ ਗਈ ਹੈ। ਸੋ ਉਸਨੇ ਥੋੜ੍ਹਾ ਬਹੁਤਾ ਨਸ਼ਾ ਕੀਤਾ ਹੋਇਆ ਸੀ ਅਤੇ ਇਹਦੇ ਵਿੱਚ ਕੋਈ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ। ਤੋ ਸੋ ਕਿਰਪਾ ਕਰਦੇ ਹਾਂ ਕਿ ਇਸ ਪੰਜਾਬ 'ਚੋਂ ਨਸ਼ੇ ਨੂੰ ਹਟਾਇਆ ਜਾਵੇ। ਮੈਂ ASI ਹਰਜਿੰਦਰ ਸਿੰਘ, ਥਾਣਾ ਸਿਟੀ ਜੀਰਾ ਵਿਖੇ ਤੈਨਾਤ ਹਾਂ। ਅੱਜ ਸਵੇਰ ਕਰੀਬ 8 ਵਜੇ ਸਾਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਜੋ ਕਿ ਬੱਸ ਸਟੈਂਡ ਪਰ ਪਈ ਹੈ, ਜਿਸ ਦੀ ਸ਼ਨਾਖਤ ਧਰਮਿੰਦਰ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀ ਡਗਰੂ ਦੀ, ਅਤੇ ਲਾਸ਼ ਨੂੰ ਅਸੀਂ ਤਕਰੀਬਨ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਕਰਾ ਦਿੱਤਾ। ਜ਼ੀਰਾ ਤੋਂ ਸਤੀਸ਼ ਵਿੱਚ ਦੀ ਰਿਪੋਰਟ।